देवता की गल कर रहे थे आप कि एक बार बहुत 80s की गल है 70s 80s की गल कि बहुत एक प्रचार हो गया कि स्टोव दे विच देवता प्रगट हो गया जी मुसलमान बिलकुल मान दे पक्के दे एही जी कोई गल नहीं थी के मैं तो कोई पैसा किसी का मारना कोई होया इमानदारी उस टाइम ने भी जो रिश्तेदार कोई आंदा था रहन आंदा आले दुआले पानी भर जांदा था एक महीना रह के जांदा था अच्छा इस करके बेला शहर नगीना रहना एक दिन रह चले महीना आ देखो जी झगड़ा हो गया डॉक्टर साहब हुण असी ये रोपड़ दे उत्ते कहावत बनाई हुई है कमेंट करियो कि रोपड़ दी कहावत के बेले दी है नहीं बेल तो सामने छोटा वीर खड़ा है शोकी असी शोकी कहने हैं ना शायद अशोक कुमार है सिखी स्वरूप च मिलणगे जिहड़ा इहनां दा वड्डा भरा है सतदेव जी दा वड्डा बेटा है ब्रिजलाल उहदा नाम ब्रिजलाल है अच्छा उह क्लीन शेव ने अच्छा दो बेटे हैं एक सिखी इकर असी रोपड़ तो बेले ते जाइए या असी कह लईए बेले तो रोपड़ जाइए तां रस्ते च पिंडां दे नां दसणे तुसीं असीं पुछदे रहिंदे हां जी आपां तां सारे पिंडां दे नां दसणे आ तुहानूं पता है वी आर वर्किंग ऑन कनैक्टिंग पीपल कल्चर एंड हैरीटेज एक छोटा जिहा टैसट है वलॉग की स्टार्टिंग च लै लिया टैसट और दूसरी गल है कि बेले तो श्री चमकौर साहब के विचकारले जिहड़े पिंडां दे नां दसणे तुसीं और यही टैसट है छोटा जिहा कमेंट करते रहो देखो चूने दा नाल दी चुनाई हुई हुई है जी पर हुण इहदा मालक पता नहीं कौन है आ देखो इधरले पासे ढट रही है इधर आ जाओ अगे ਵੀ ਬੇਲੇ ਵਾਲੇ ਮਿੱਤਰੋ ਹੁਣ ਵਾਰੀ ਤੁਹਾਡੀ ਆ ਚੋਪੜਾ ਸਾਹਿਬ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ ਸਾਡੇ ਬੇਲੇ ਦੇ ਇਸ ਗਰਮੀ ਦੇ ਵਿੱਚ ਆ ਕੇ ਸਾਡੇ ਜਿਹੜੇ ਪੁਰਾਤਨ ਦੁਕਾਨਦਾਰ ਬਜ਼ੁਰਗ ਦੁਕਾਨਦਾਰ ਅੱਜ ਵੀ ਦੁਕਾਨਾਂ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਤੁਹਾਡੇ ਰੂਬਰੂ ਕੀਤਾ ਹੈ ਲਓ ਜੀ ਪਹੁੰਚ ਗਏ ਸੀ ਬੇਲੇ ਅੱਜ ਦਾ ਵਲੌਗ ਸੁਪਰ ਇੰਟਰਸਟਿੰਗ ਵਲੌਗ ਹੈ ਬੇਲਾ ਦਿਖਾਵਾਂਗੇ ਤੁਹਾਨੂੰ ਬੇਲੇ ਦੀ ਇੱਕ ਗਲੀ ਘੁਮਾਵਾਂਗੇ ਦੁਕਾਨਾਂ ਦਿਖਾਵਾਂਗੇ ਔਰ ਬੇਲੇ ਦੀਆਂ ਹੋਰ ਸੰਸਥਾਵਾਂ ਵੀ ਦਿਖਾਵਾਂਗੇ ਅਤੇ ਬੇਲੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਇਸ ਵਲੌਗ ਦੇ ਸੂਤਰਧਾਰ ਸਾਡੇ ਨਾਲ ਨੇ ਡਾਕਟਰ ਸ਼ਾਮ ਸਿੰਘ ਕੁੰਡਲਸ ਔਰ ਇਹੀ ਜਿਹੜੇ ਹੈ ਸਾਨੂੰ ਜਾਣਕਾਰੀ ਵੀ ਦੇਣਗੇ ਬੇਲੇ ਦੀ ਬਹੁਤ ਜਾਣੀ ਪਹਿਚਾਣੀ ਹਸਤੀ ਹੈ ਔਰ ਬਹੁਤ ਅੱਛੀ ਨੇਚਰ ਹੈ ਇਹਨਾਂ ਕੋਲ ਅਸੀਂ ਚਾਹ ਪਾਣੀ ਪੀ ਕੇ ਹੁਣ ਪਹੁੰਚ ਗਏ ਵਲੌਗ ਦੇ ਲਈ ਸ਼ੁਕਰੀਆ ਜੀ ਪਹਿਲਾਂ ਤਾਂ ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਔਰ ਅੱਜ ਅਸੀਂ ਬੇਲਾ ਦਿਖਾਉਣਾ ਚਾਹੁੰਦੇ ਹਾਂ ਕੀ ਕਹਿੰਦੇ ਹੋ ਬੇਲੇ ਬਾਰੇ ਜੀ ਸ਼ੁਕਰੀਆ ਤੁਹਾਡਾ ਸਾਡੀ ਗ੍ਰਾਮ ਪੰਚਾਇਤ ਬੇਲਾ ਵੱਲੋਂ ਨਗਰ ਨਿਵਾਸੀਆਂ ਵੱਲੋਂ ਤੁਹਾਨੂੰ ਜੀ ਆਇਆਂ ਵੈਲਕਮ ਕਿਆ ਕਹਿਣੇ ਜੀ ਕਿਆ ਕਹਿਣੇ ਜੀ ਬਾਕੀ ਬੇਲੇ ਬਾਰੇ ਜੋ ਤੁਸੀਂ ਪੁੱਛੋਗੇ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਆਪਾਂ ਦੇਖੋ ਬੇਲੇ ਦਾ ਪੁਰਾਣਾ ਬਾਜ਼ਾਰ ਵੀ ਦਿਖਾਉਣਾ ਹੈ ਜੀ ਜ਼ਰੂਰ ਔਰ ਬੇਲੇ ਦੇ ਵਿੱਚ ਸੰਸਥਾ ਦੀ ਗੱਲ ਕਰੀਏ ਕਾਲਜ ਤੁਹਾਡਾ ਬੇਲੇ ਦਾ ਬੜਾ ਮਸ਼ਹੂਰ ਹੈ ਔਰ ਸਭ ਤੋਂ ਪਹਿਲਾਂ ਦੇਖੋ ਜੀ ਬੇਲੇ ਦੀ ਡਾਇਰੈਕਸ਼ਨ ਲੋਕੇਸ਼ਨ ਦੱਸਦੇ ਹਾਂ ਡਾਕਟਰ ਸਾਹਿਬ ਦੀ ਜ਼ੁਬਾਨੀ ਸੁਣੋ ਜੀ ਬੇਲੇ ਦੀ ਲੋਕੇਸ਼ਨ ਦੱਸੋ ਜੀ ਸਾਰੇ ਰੋਪੜ ਤੋਂ 13 ਕਿਲੋਮੀਟਰ ਜੀ ਚਮਕੌਰ ਸਾਹਿਬ ਤੋਂ 5 ਕਿਲੋਮੀਟਰ ਓਕੇ ਜੀ ਬ੍ਰਹਮਪੁਰ ਤੋਂ 8 ਕਿਲੋਮੀਟਰ ਬ੍ਰਹਮਪੁਰ ਤੋਂ 8 ਕਿਲੋਮੀਟਰ ਦਰਿਆ ਸਤਲੁਜ ਤੋਂ 2 ਕਿਲੋਮੀਟਰ ਦਰਿਆ ਸਤਲੁਜ ਤੋਂ 2 ਕਿਲੋਮੀਟਰ ਸਤਲੁਜ ਦਰਿਆ ਕਿਉਂਕਿ ਸਾਡੇ ਜਿਹੜੇ ਫਾਲੋਅਰਸ ਨੇ ਜੀ ਵਿਦੇਸ਼ਾਂ 'ਚ ਵੀ ਬੈਠੇ ਨੇ ਦੁਨੀਆ ਦੇ ਹਰੇ ਖਿੱਤੇ 'ਚ ਬੈਠੇ ਨੇ ਲਹਿੰਦੇ ਪੰਜਾਬ 'ਚ ਵੀ ਬੈਠੇ ਨੇ ਉਹ ਸਤਲੁਜ ਦਾ ਨਾਂ ਸੁਣ ਕੇ ਉਹਨਾਂ ਦਾ ਸੀਨਾ ਚੌੜਾ ਹੋ ਜਾਂਦਾ ਜੀ ਦਰਿਆ ਸਤਲੁਜ ਤੋਂ 2 ਕਿਲੋਮੀਟਰ ਹੈ ਜੀ ਬੇਲਾ ਬਿਲਕੁਲ ਜੀ ਜੀ ਬਿਲਕੁਲ ਕੰਢੇ ਤੇ ਵਸੇ ਹੋਏ ਆ ਕੰਢੇ ਤੇ ਵਸੇ ਹੋਏ ਆ ਡਾਕਟਰ ਸਾਹਿਬ ਇੱਕ ਗੱਲ ਹੋਰ ਆਪਾਂ ਕਰੀਏ ਕਿ ਥੋੜ੍ਹੇ ਜਿਹਾ ਡਿਸਟੈਂਸ ਹੋਰ ਵਧਾਈਏ ਜੇ ਅਸੀਂ ਚੱਲੀਏ ਅੱਗੇ ਫਤਿਹਗੜ੍ਹ ਸਾਹਿਬ ਉਹ ਕਿੰਨੇ ਕਿਲੋਮੀਟਰ ਪੈਂਦਾ ਜੀ ਪੂਰੇ 45 ਕਿਲੋਮੀਟਰ ਹੈ ਜੀ ਇੱਥੋਂ ਫਤਿਹਗੜ੍ਹ ਸਾਹਿਬ ਕਮਾਲ ਹੈ ਪੂਰੇ 45 ਕਿਲੋਮੀਟਰ ਮਰੰਡਾ ਜੀ ਮਰੰਡਾ ਇੱਥੋਂ 21 ਕਿਲੋਮੀਟਰ ਹੈ ਜੀ 21 ਕਿਲੋਮੀਟਰ ਤੇ ਹੁਣ ਅਸੀਂ ਆਪਣੇ ਸਬਸਕ੍ਰਾਈਬਰਸ ਦਾ ਟੈਸਟ ਲੈ ਲਈਏ ਜੀ ਥੋੜ੍ਹਾ ਜਿਹਾ ਤੁਸੀਂ ਦੇਖੋ ਜੀ ਕਮੈਂਟ ਕਰਕੇ ਦੱਸਣਾ ਕਿ ਜੇਕਰ ਅਸੀਂ ਰੋਪੜ ਤੋਂ ਬੇਲੇ ਤੇ ਜਾਈਏ ਜਾਂ ਅਸੀਂ ਕਹਿ ਲਈਏ ਬੇਲੇ ਤੋਂ ਰੋਪੜ ਜਾਈਏ ਤਾਂ ਰਸਤੇ 'ਚ ਪਿੰਡਾਂ ਦੇ ਨਾਂ ਦੱਸਣੇ ਤੁਸੀਂ ਅਸੀਂ ਪੁੱਛਦੇ ਰਹਿੰਦੇ ਹਾਂ ਜੀ ਆਪਾਂ ਤਾਂ ਸਾਰੇ ਪਿੰਡਾਂ ਦੇ ਨਾਂ ਦੱਸਣੇ ਆ ਤੁਹਾਨੂੰ ਪਤਾ ਵੀ ਆਰ ਵਰਕਿੰਗ ਔਨ ਕਨੈਕਟਿੰਗ ਪੀਪਲ ਕਲਚਰ ਐਂਡ ਹੈਰੀਟੇਜ ਇੱਕ ਛੋਟਾ ਜਿਹਾ ਟੈਸਟ ਹੈ ਵਲੌਗ ਦੀ ਸਟਾਰਟਿੰਗ 'ਚ ਲੈ ਲਿਆ ਟੈਸਟ ਔਰ ਦੂਸਰੀ ਗੱਲ ਹੈ ਕਿ ਬੇਲੇ ਤੋਂ ਸ਼੍ਰੀ ਚਮਕੌਰ ਸਾਹਿਬ ਦੇ ਵਿਚਕਾਰਲੇ ਜਿਹੜੇ ਪਿੰਡਾਂ ਦੇ ਨਾਂ ਦੱਸਣੇ ਤੁਸੀਂ ਔਰ ਇਹੀ ਟੈਸਟ ਹੈ ਛੋਟਾ ਜਿਹਾ ਕਮੈਂਟ ਕਰਦੇ ਰਹੋ ਪਿੰਡਾਂ ਦੇ ਨਾਂ ਦੱਸ ਦਿਓ ਦੇਖਿਓ ਕਿਤੇ ਭੁੱਲ ਨਾ ਜਾਵੇ ਕੋਈ ਪਿੰਡ ਦਾ ਨਾਂ ਰਹਿ ਨਾ ਜਾਵੇ ਇਸ ਗੱਲ ਦਾ ਧਿਆਨ ਰੱਖਣਾ ਜੀ ਇੱਕ ਛੋਟਾ ਜਿਹਾ ਟੈਸਟ ਲੈ ਲਈਏ ਜੀ ਆਪਾਂ ਚੱਲੀਏ ਜੀ ਡਾਕਟਰ ਸਾਹਿਬ
ਅੱਛਾ ਬੇਲਾ ਗੁੜ ਮੰਡੀ ਦੇ ਤੌਰ ਤੇ ਮਸ਼ਹੂਰ ਸੀਗਾ ਬਿਲਕੁਲ ਜਿਵੇਂ ਰੋਪੜ ਦੇ ਜਿੱਦੇ ਮਸ਼ਹੂਰ ਸੀ ਇਦਾਂ ਹੀ ਬੇਲੇ ਦਾ ਗੁੜ ਮਸ਼ਹੂਰ ਸੀ ਸੁਣੋ ਜੀ ਡਾਕਟਰ ਸਾਹਿਬ ਕਹਿ ਰਹੇ ਜਿਵੇਂ ਰੋਪੜ ਦੇ ਜਿੰਦੇ ਮਸ਼ਹੂਰ ਹੈ ਉਸ ਤਰ੍ਹਾਂ ਬੇਲੇ ਦਾ ਗੁੜ ਮਸ਼ਹੂਰ ਹੈ ਕਮਾਲ ਹੈ ਕੋਈ ਗੁੜ ਵਾਲੀ ਦੁਕਾਨ ਹੈਗੀ ਅਜੇ ਵੀ चलिए पहले यही दुकान दिखाइए जी हाँ सब तो पहला दुकान दिखाने है जी कहते जी बेले का गुड़ बड़ा मशहूर है डॉक्टर साहब कहते जी बेले का गुड़ बड़ा मशहूर है साडा है चैनल बल्ले बल्ले फिल्म दे रिकॉर्ड साढ़े चैनल से थोड़ा लखां लोग देख रहे हैं जी अच्छा गुड़ है अपने को दिखाओ जरा गुड़ देखो जी गुड़ की प्रॉब्लम सब तो वड्डी है पंजाब दे डॉक्टर साहब तुसीं तां बीइंग डॉक्टर समझते हो कि गुड़ नहीं शुद्ध मिलता गोयल करियाना स्टोर बेले का जेकर कोई यादा जुड़िया हुई बचपन दुड़ है जी खुड़ गुड़ खिलाना जी असि गुड़ रखा जी देखो जी तुम हूँ एक कॉमेंट करके दसना है कि गुड़ के नाल जड़ियाँ जुड़े हुए मुहावरे अखौतां या कोई गलबात या कोई गीत गुड़ के नाते देखो गुड़ खाने लगे गोयल साहब की हट्टी का बेले बेले च खड़े असी तुम कॉमेंट करके दसना गुड़ के नाल जुड़िया हुई गलां बातें करो कॉमेंट बहुत खूब की नाम तुहाडे फादर साहब का बैठे चार पुश्तां दस्सदियां फिर भी जी कामयाब है तुसीं इह तुहाडे बेटे नूं भी पता होगा देखो मैं जरूर कहना कि अपनी पीढ़ी नूं अपने बजुर्गों का पिछा जड़ा है जरूर दस्या करो कित्थों कित्थों सी आए हैं किस तरह सी वसे हैं दादा जी का नाम पड़दादा का नाम लक्कड़दादे का नाम वह हरिद्वार चो पौड़ी मिल जाती पूरी दी पूरी बन के मैं तो अपने घर च अपने बजुर्गों की लियाई हुई है और लगाई हुई है ता जो पता लगता रहे इस चीज़ से काम करते हैं गोयल साहब मिलकर बहुत चंगा लग्या चलिए जी डॉक्टर साहब अगे जी नमस्कार जी बड़ा कुछ मिलता की जनरल स्टोर बरसाती कहते वाह जी वाह परिवार सत्कारयोग सतदेव जी ने अज भी कायम किया होया अच्छा जी किस तरह जो सामने छोटा वीर खड़ा आ शोकी असि शोकी कहने ना शायद अशोक कुमार है अशोक कुमार इस थानू सिक्खी रूप च मिलणगे जिहड़ा इहनां दा वड्डा भरा है सतदेव जी दा वड्डा बेटा है ब्रिजलाल उहदा नाम ब्रिजलाल है अच्छा वो क्लीन शेव ने अच्छा दो बेटे हैं एक सिक्खी रूप दे विच हैं एक जिहड़ा है क्लीन शेव ने बिल्कुल हां जी लो जी देखो जी हिंदू सिख एकता जी दी गल आपां कहने आ कायम कीती होई जी इहनां इहनां नूं किस तरह तुसीं सिक्खी रूप च रख्या की किद्दां बणी गल इह इहनां दा अपना विचार सी जी ਵੀ ਅਸੀਂ ਇਸ ਸਰੂਪ ਚ ਰਹਿਣਾ ਚਾਹੁੰਦੇ ਹਾਂ ਰਹੋ ਬਈ ਆਨੰਦ ਕਰੋ ਪਰਿਵਾਰ ਵੱਲੋਂ ਕੋਈ ਕੋਈ ਰੁਕਾਵਟ ਨਹੀਂ ਕੋਈ ਰੁਕਾਵਟ ਨਹੀਂ ਕੋਈ ਵਾਹ ਜੀ ਵਾਹ ਕਮਾਲ ਕਰਤਾ ਤੁਸੀਂ ਤਾਂ ਮਿਸਾਲ ਕਾਇਮ ਕਰਤੀ ਜੀ ਬਹੁਤ ਵਧੀਆ ਹੈ ਜੀ ਪੁੱਤਰ ਆ ਜਿਹੜਾ ਅਸ਼ੋਕ ਕੁਮਾਰ ਦਾ ਬੇਟਾ ਹੈ ਨਾ ਉਹ ਵੀ ਸਰੂਪ ਸਿੱਖੀ ਸਰੂਪ ਦਾ ਅਸ਼ੋਕ ਕੁਮਾਰ ਜੀ ਬਹੁਤ ਬਹੁਤ ਚੰਗਾ ਲੱਗਿਆ ਹੈ ਜੀ ਤੁਸੀਂ ਦੇਖੋ ਜੀ ਭਾਈਚਾਰੇ ਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਬਹੁਤ ਬਹੁਤ ਵਧੀਆ ਲੱਗਿਆ ਪੁਰਾਣੇ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਸੀਗਾ ਸਾਰਾ ਚੱਲਦਾ ਸੀ ਪਹਿਲਾਂ ਹਾਂ ਸਭ ਕੁਝ ਚੱਲਦਾ ਸੀ ਸਾਡੇ ਆਪਣੇ ਜਿਹੜੇ ਪਰਿਵਾਰ ਆ ਉਹ ਵੀ ਰਲੇ ਮਿਲੇ ਆ ਸਾਰੇ ਜਿੰਨੇ ਵੀ ਸਾਡੇ ਪਰਿਵਾਰ ਹੈ ਨਾ ਸਭ ਰਲੇ ਮਿਲੇ ਹੀ ਆ ਤੁਹਾਡੀ ਨੌਲੇਜ ਵਿੱਚ ਵਾਧਾ ਕਰਦੇ ਆ ਨਾਲ ਹੀ ਜੀ ਜਿਹੜੇ ਸਾਡੇ ਇੱਥੇ ਪ੍ਰਾਤਨ ਗੁਰਦੁਆਰਾ ਸਾਹਿਬ ਔਰ ਮੰਦਰ ਆ ਦੋਨਾਂ ਦੀ ਕੰਧ ਸਾਂਝੀ ਆ ਜੀ ਅੱਛਾ ਗੁਰਦੁਆਰੇ ਤੋਂ ਨਿਕਲੋ ਮੰਦਰ ਵੜ ਸਕਦੇ ਹੋ ਮੰਦਰ ਤੋਂ ਨਿਕਲੋ ਤੁਸੀਂ ਗੁਰਦੁਆਰੇ ਵੜ ਸਕਦੇ ਹੋ ਜਿਹਨੇ ਗੁਰਦੁਆਰਾ ਹਾਂਜੀ ਦੇਖੋ ਜੀ ਬੇਲਾ ਹੈ ਭਾਈਚਾਰੇ ਦਾ ਪ੍ਰਤੀਕ ਮੰਦਰ ਗੁਰਦੁਆਰੇ ਦੋਨੋਂ ਸਾਹਮਣੇ ਨੇ ਨਾਲ ਨੇ ਦੀਵਾਰ ਜਿਹੜੀ ਸਾਂਝੀ ਹੈ ਔਰ ਜਿਸ ਦੁਕਾਨ 'ਚ ਅਸੀਂ ਖੜੇ ਹਾਂ ਤੁਸੀਂ ਦੇਖ ਸਕਦੇ ਹੈ ਕਿ ਪਿਤਾ ਜੀ ਜਿਹੜੇ ਹੈ ਬਜ਼ੁਰਗ ਹੈ
वो हिंदू है तो जड़े है बेटा जी इन्हों सिखी स्वरूप के बच्चे है बहुत चंगा लगे जी। चलिए जी अगे डॉक्टर साहब मिलते हैं जी, दुनिया देखेगी जी थोड़ी इस मिसाल नू। कॉमेंट जरूर करो इस गल के उत्ते, कॉमेंटिंग थोड़ी जी है बड़ी वैल्यूएबल रहेगी, कॉमेंटिंग जरूर करते रहो, अखीर तक बड़े रहो। बड़ा सुपर इंट्रस्टिंग ब्लॉग है, बेला दिखा रहे हैं तो बुजुर्ग बैठे ने जी। नमस्कार जी, नमस्कार जी, नमस्कार जी, की हाल चाल है? ठीक है जी, सेहता ठीक है? बहुत ठीक है जी, बहुत। तुम्हारा शुभ नाम? तरसेम चोपड़ा। तरसेम चोपड़ा, आ लो जी, आ लो जी, तरसेम चोपड़ा, तेजिंदर चोपड़ा जी, मैं तेजिंदर चोपड़ा, तुसी तरसेम चोपड़ा, एदा भी बन जाती गल। पंजाब रोडवेज तो इंस्पेक्टर केड़े सन च रिटायर हो जी? मैं जी 98 च। 98 च थोड़ा जी बेला दिखा रहे हैं, की कहते हो बेले बारे? शहर नगीना रहना, एक दिन रह चले महीना। हाँ 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 बिलकुल, ये रोपड़ वाला डायलॉग मारता तुसी बना नहीं, एक ये साडे आते रोपड़ दा, नहीं नहीं ये साडे मशहूर था जी। अच्छा, 100% साडे दी, मतलब हुण पता लग्गिया जी भी जो रिश्तेदार कोई आंदा था रहन आंदा आले दुआले पानी भर जांदा था, वो एक महीना रह के जांदा था। अच्छा, इस करके बेला शहर नगीना रहना, एक दिन रह चले महीना। आ देखो जी झगड़ा हो गया डॉक्टर साहब, हुण असी इह रोपड़ दे उत्ते कहावत बनाई हुई है, कमेंट करियो कि रोपड़ दी कहावत के बेले दी है? नहीं, बेले दी है 100% जी। तुसी चोपड़ा साहब? हां जी। वकी नाम जी थोड़ा? मेरा गोल्डी जी। ਤੁਹਾਡੇ ਪਿਤਾ ਜੀ ਦਾ ਨਾਮ? ਤਰਸੇਮ ਲਾਲ ਚੋਪੜਾ ਜੀ। ਤੁਹਾਡੇ ਦਾਦਾ ਜੀ ਦਾ ਨਾਮ? ਰੰਗੀ ਰਾਮ ਜੀ। ਤੁਹਾਡੇ ਪੜਦਾਦਾ ਜੀ ਦਾ ਨਾਮ? ਦੇਵੀ ਦਾਸ ਜੀ। ਆਹੀ ਕੁਝ ਕਰਦੇ ਆ ਅਸੀਂ ਚੋਪੜਾ ਸਾਹਿਬ, ਇਹੀ ਕੁਝ ਕਰਦੇ ਆ ਅਸੀਂ, ਅਸੀਂ ਪਿਛਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਂਦੇ ਗੱਲ, ਸ਼ੁਰੂ ਤੋਂ ਹੀ ਵੇਲੇ ਦੇ ਰਹਿਣ ਵਾਲੇ ਜੀ। ਲਓ ਜੀ, ਬਿਲਕੁਲ ਜਿਹੜੀ ਨਾ ਗੁੜ ਮੰਡੀ ਦੀ ਆਪਾਂ ਗੱਲ ਕਰ ਰਹੇ ਸੀ, ਆਪਾਂ ਗੁੜ ਖਾਦਾ ਸੀ, ਹੁਣ ਚੱਖਿਆ ਆ। ਬਿਲਕੁਲ ਬਿਲਕੁਲ, ਇੱਥੇ ਗੁੜ ਮੰਡੀ ਮਸ਼ਹੂਰ ਹੁੰਦੀ ਸੀ, ਇਹ ਦੁਕਾਨਾਂ ਵੀ ਬਾਅਦ ਦੇ ਵਿੱਚ ਨਵੀਆਂ ਡੈਕੋਰੇਟ ਕੀਤੀਆਂ, ਇਹ ਜੀ ਹੁੰਦੀਆਂ ਪੁਰਾਣੀਆਂ ਸੀ ਇਹ। ਅੱਛਾ, ਇਹ ਪੁਰਾਣੀਆਂ ਦੁਕਾਨਾਂ ਸੀ? ਹਾਂ, ਇਹ 10-12 ਸਾਲ ਪਹਿਲਾਂ ਹੀ ਇਹ ਨਵੀਂ ਦਿੱਖ ਦਿੱਤੀ ਗਈ ਇਹਨਾਂ ਨੂੰ, ਔਰ ਅੱਗੇ ਜਾ ਕੇ ਪੁਰਾਣੀਆਂ ਦੁਕਾਨਾਂ ਇਹਦੇ ਨਾਲ ਦੀਆਂ ਅਜੇ ਵੀ ਪਈਆਂ ਨੇ, ਜਿਹੜੀਆਂ ਕਿ 100 ਸਾਲ ਜਾਂ ਹੱਲਿਆਂ ਤੋਂ ਪਹਿਲਾਂ ਦੀ ਦੁਕਾਨਾਂ ਹੈ ਨੇ, ਮਤਲਬ ਹੈਗੀਆਂ। ਹਾਂ, ਆਹ ਉਹਨਾਂ 'ਚੋਂ ਆਹ ਦੁਕਾਨ ਵੀ ਬਹੁਤ ਪੁਰਾਣੀ ਹੈ। ਆਹ ਦੇਖੋ ਮਾਰਿਓ ਕੈਮਰਾ ਦੀ, ਇਹ ਹੱਲਿਆਂ ਤੋਂ ਪਹਿਲਾਂ ਦੀ ਦੁਕਾਨ ਲੱਗਦੀ ਹੈ, ਅਪਰੋਕਸੀਮੇਟ ਹੱਲਿਆਂ ਤੋਂ ਪਹਿਲਾਂ ਦੀ ਦੁਕਾਨ ਹੈ ਜੀ, ਬੜੀ ਪੁਰਾਣੀ ਦੁਕਾਨ ਹੈਗੀ ਜੀ। ਦੇਖੋ ਜੀ ਇਹ ਬੇਲੇ ਦੀ, ਔਰ ਤੁਹਾਨੂੰ ਪਤਾ ਆ ਜਿਹੜੀ ਤੋੜ ਕੇ ਬਣਾਈ ਨਵੀਂ, ਇਹ ਵੀ ਹੁਣੇ ਅਜੇ ਪਿਛਲੇ ਸਾਲ ਹੀ ਬਣੀ ਆ, 1.5 ਸਾਲ ਹੋਏ ਇਹਨੂੰ ਬਣੀ ਨੂੰ। ਨਹੀਂ ਤਾਂ ਸਾਡੇ ਕੈਮਰੇ 'ਚ ਇਹ ਵੀ ਹੰਸਰਾਜ ਸੀਗੇ, ਉਹਨਾਂ ਦੀ ਦੁਕਾਨ ਸੀ, ਪਾਕਿਸਤਾਨ ਤੋਂ ਆਏ ਸੀ ਉਹ ਵੀ। ਅੱਛਾ, ਪਾਕਿਸਤਾਨ ਤੋਂ ਆਏ, ਔਰ ਗੁਰੂ ਨਾਨਕ ਨੂੰ ਬਹੁਤ ਮੰਨਦੇ ਸੀ, ਗੁਰੂ ਨਾਨਕ ਸਾਹਿਬ ਨੂੰ। ਬਿਲਕੁਲ ਜੀ, ਕੌਣ ਨਹੀਂ ਮੰਨੇਗਾ ਗੁਰੂ ਨਾਨਕ ਸਾਹਿਬ ਨੂੰ, ਸਭ ਮੰਨਦੇ ਆ ਜੀ। ਆਹ ਦੁਕਾਨ ਜਿਹੜੀ ਮੰਗਤ ਰਾਮ ਦੀ ਹੈ ਇਹ, ਲਓ ਜੀ ਹੈ ਨਹੀਂ ਸ਼ੇਡ ਤੇ, ਅੱਜ ਮੰਗਤ ਰਾਮ ਜੀ ਦੀ ਦੁਕਾਨ ਹੈ ਜੀ। ਦੇਖੋ ਯਾਦਾਂ ਦੀ ਗੱਲ ਕਰਦੇ ਹਾਂ ਅਸੀਂ, ਜਿਵੇਂ ਰੋਪੜ ਦੇ ਵਿੱਚ ਬਖਤਾਵਰ ਮੱਲ ਦੀ ਦੁਕਾਨ ਹੈ, ਇਸ ਤਰ੍ਹਾਂ ਇੱਥੇ ਮੰਗਤ ਰਾਮ ਜੀ ਦੀ ਦੁਕਾਨ ਹੈ। ਕੀ ਨਾਂ ਜੀ ਤੁਹਾਡਾ? ਤਰੁਣ ਗਰਗ। ਦੇਖੋ ਜੀ, ਗਰਗ ਸਾਹਿਬ ਦੀ ਦੁਕਾਨ ਤੋਂ, ਮੰਗਤ ਰਾਮ ਦੀ ਦੁਕਾਨ ਤੋਂ ਜੇਕਰ ਕਿਸੇ ਨੇ ਸੌਦਾ ਲਿਆ ਜਾਂ ਲੈਂਦੇ ਹੈ, ਜਾਂ ਕਦੀ ਬਚਪਨ ਦੀ ਕੋਈ ਤੁਹਾਡੀ ਯਾਦ ਜੁੜੀ ਹੋਈ ਹੈ, ਕਮੈਂਟ ਜ਼ਰੂਰ ਕਰਿਓ। ਡਾਕਟਰ ਸਾਹਿਬ ਸਾਨੂੰ ਮੰਗਤ ਰਾਮ ਦੀ ਹੱਟੀ ਦਿਖਾ ਰਹੇ ਨੇ, ਬੜੀ ਪੁਰਾਣੀ ਹੱਟੀ ਹੈ ਬੇਲੇ ਦੀ। ਅਸੀਂ ਇੱਕ ਵਲੌਗ ਕੀਤਾ ਸੀ ਹੱਟੀਆਂ ਦਾ ਸ਼ਹਿਰ ਰੋਪੜ, ਅਤੇ ਇਹ ਬਣ ਗਿਆ ਮੰਗਤ ਰਾਮ ਦੀ ਹੱਟੀ। ਆਹ ਦੇਖੋ ਹੱਟੀ, ਤੁਹਾਡੇ ਸ਼ਹਿਰ ਦੇ ਵਿੱਚ ਜਿੱਥੋਂ ਵੀ ਤੁਸੀਂ ਵਲੌਗ ਦੇਖ ਰਹੇ ਹੋ, ਜੇਕਰ ਕੁਝ ਹੱਟੀਆਂ ਦੇ ਨਾਂ ਤੁਸੀਂ ਵੀ ਆਪਣੇ ਕਮੈਂਟ 'ਚ ਆਪਣੇ ਸ਼ਹਿਰ ਦੀਆਂ ਹੱਟੀਆਂ ਦੇ ਨਾਂ ਲਿਖ ਦੋਗੇ ਨਾ, ਤਾਂ ਮਜ਼ਾ ਆ ਜਾਏਗਾ ਜੀ। ਪੁਰਾਣੇ ਸਮੇਂ 'ਚ ਹੱਟੀਆਂ ਹੁੰਦੀਆਂ ਸੀ, ਬਿਲਕੁਲ ਹੱਟੀਆਂ ਹੁੰਦੀਆਂ ਸੀ, ਹੈ ਨਾ? ਹੁਣ ਸ਼ੋਰੂਮ ਹੋ ਗਏ, ਉਦੋਂ ਹੁੰਦੀਆਂ ਸੀ ਹੱਟੀਆਂ। ਬਿਲਕੁਲ ਜੀ, ਮੋਡੀਫਾਈ ਹੋ ਗਿਆ ਜੀ, ਮੋਡੀਫਾਈ ਹੋ ਗਿਆ। ਪਰ ਤੁਸੀਂ ਕਿਵੇਂ ਗਰ ਸਾਹਿਬ, ਕਿੰਨੀ ਕੁ ਦੇਰ ਤੋਂ ਬੈਠੇ ਤੁਸੀਂ ਇੱਥੇ ਬੇਲੇ 'ਚ? ਮਤਲਬ 30 ਪੀੜ੍ਹੀ ਚੱਲ ਪਈ ਸਾਡੀ ਜੀ, 30 ਪੀੜ੍ਹੀ ਚੱਲ ਪਈ। ਹਾਂਜੀ, ਕਰਿਆਨੇ ਦਾ ਕੰਮ ਕਰਦੇ? ਹਾਂਜੀ ਬਿਲਕੁਲ, ਹਾਂਜੀ। ਵਾਹ ਜੀ ਵਾਹ। ਅੱਛਾ, ਅੱਜ ਦੱਸਿਓ ਜਰਾ ਰੇਟ, ਦੱਸਿਓ ਤੇਲ ਦਾ ਰੇਟ ਕਿੱਦਾਂ? ਸਰੋਂ ਦਾ ਤੇਲ ਕੋਈ 110 ਰੁਪਏ ਦਾ ਬੋਤਲ ਹੈ ਜੀ। ਸਹੀ ਸਹੀ ਦੱਸਣਾ, ਰਿਕਾਰਡ ਹੋ ਗਿਆ। ਹਾਂ ਬਿਲਕੁਲ ਬਿਲਕੁਲ, 110 ਰੁਪਏ। ਅੱਛਾ, ਮੂੰਗੀ ਦੀ ਦਾਲ? ਉਹ ਕੋਈ 100 ਰੁਪਏ ਕਿਲੋ ਹੈ ਜੀ। ਅੱਛਾ, ਰਾਜਮਾ? 100 ਰੁਪਏ ਕਿਲੋ। ਚਿੱਟੇ ਜਿਹੜੇ ਕਾਲੇ ਵੀ ਹੈ ਅਤੇ ਛੋਟੇ ਚਿਤਕਬਰੇ ਵੀ, ਸੇਮ ਰੇਟ ਹੈ? ਹਾਂ ਸੇਮ ਰੇਟ ਹੈ ਜੀ। ਅੱਛਾ, ਚੀਨੀ ਜੀ? ਚੀਨੀ ਕੋਈ 42 ਰੁਪਏ ਕਿਲੋ ਵਧੀਆ, 42 ਰੁਪਏ ਕਿਲੋ ਜੀ। ਹਾਂਜੀ ਦੇਖੋ ਜੀ, ਆਹ ਦੇਖੋ ਮੂੰਹ ਜ਼ਬਾਨੀ, ਅਸੀਂ ਤਾਂ ਟੈਸਟ ਲੈਂਦੇ ਹੁੰਦੇ ਹਾਂ ਵੀ ਦੁਕਾਨਦਾਰ ਵਾਕਈ, ਕਈ ਵਾਰੀ ਹੁੰਦਾ ਪਤਾ ਕੀ ਹੈ, ਡੈਡੀ ਬਿਠਾ ਜਾਂਦੇ ਆ, ਮੁੰਡਾ ਬੈਠਾ ਉਹਨੂੰ ਪਤਾ ਹੀ ਨਹੀਂ ਕੁਛ, ਆਈ ਚੈੱਕ ਕਰਦੇ, ਪੱਕੇ ਦੁਕਾਨਦਾਰ ਹੈ ਤੁਸੀਂ, ਛਾ ਗਏ ਤੁਸੀਂ, ਕਮਾਲ ਹੈ। ਅਤੇ 50-60 ਸਾਲ ਤੋਂ ਮੇਰਾ ਖਿਆਲ ਇਹ ਸਟਿਚਿੰਗ ਦਾ ਕੰਮ ਕਰ ਰਹੇ ਜੀ।
फिर तो बचपन च लोगों ने इन्हों तो बहुत बहुत कुछ पजामे कुर्ते बहुत कुछ पेंटा पुंटा बनाई होनी इन्हों के चेले भी बुढ़े हो गए जी। अच्छा और मैं वो देख के हूँ भी हैरान होने कहते मैं भी ए, ए, मतलब भी हूँ भी कपड़े सिंदे हैं ये इस उम्र च भी और सारा दिन गर्दन सिट के मतलब अपने काम च मगन रहते हैं जी। कितनी उम्र हो गई जी? 70 साल की उम्र हो गई। लगे हुए डटे हुए हैं कहते बह के वेख जवाना बाबे भंगड़ा पाते ने काम करने वाले बंदे दी जड़ी है उन्हें सलाम है सलूट है जी। रोटी देनी चाहिए बाकी आप वैष्णो बंदे प्योर। अच्छा कदे कोई नशा पानी नहीं जिंदगी ही काम कर रहे तुसी? हां जी हां जी। नशा पानी दे डॉक्टर साहब ता ही कुछ कोई इलाज करते सब दुनिया दा की कहंदे इना कोई इना कोई ना कहया मैं मेरा नाम बीपी हाई है ना लो है ना शुगर है कोई कुसा मैं चेक कर लो 80-120 होगा नॉर्मल है डॉक्टर की कहंदे ओना दी ए नॉर्मल देंदे देखो इना दा ना पेट ना वेट ना शुगर ना ब्लड प्रेशर ना हार्ट दी बीमारी बाकी अखा जरूर पुरानी हो गई वो भी डॉक्टर ने इलाज करता इन्हें बड़े भाई साहब पटियाले है तो ऑपरेशन उपरेशन करा के अजक भी मतलब ये अपने काम के दवाई दुई पा के मगर सारा दिन मगर रहते जी। देखो जी जो असं किसी बजुर्ग को काम करते देखते हैं तो पुरानी जी दुकान है यह टेलर मास्टर ने और थोड़िया बचपन दई यादा जुड़िया हो कुर्ते पजामे या निकरा नुकरा स्कूल दनाई हो ड्रैसिज बनाई हो जेकर तुसी बनाइया ने इन्हों तो कपड़े या बचपन की कोई याद थोड़े माता जी थोड़े पिता जी इन्होंने दुकान से थानू लैके आते नाप देते कोई याद होवे ना जरूर शेयर करो इन्हों दे जज्बे नू सलाम भी करो। बुजुर्ग हैं लगे हुए हैं काम से डटे हुए हैं यही वड्डी खासियत है कि जिहड़ा बंदा काम करता है डॉक्टर साहब वो कभी बीमार नहीं हो सकता बिल्कुल रोगी हो ही नहीं सकता की कहने डॉक्टर साहब? बिल्कुल जी गुरु साहब का हुक्म भी है किरत करना नाम जपना बंड छकना सवेरे 7:30-7:30 बजे साइकिल इन्हों का इतने खड़ा होंगे फिर इन्होंने चाह पीने घर जाना इन्होंने वाशरूम भी घर जाना रोटी खाने भी घर जाना सौदा हाँ धागा धुगा पाल लें सूई चलने सारा युग देखे है पहला स्टोव होंगे सके ठीक है ओ, दूसरे स्टोव होंगे फिर बत्तियां वाले स्टोव आ गए फिर हुण सिलेंडर आ गए हजे भी कोई स्टोव लेके आ जांदा पुराना आ जांदे आज बहुत आ जांदे हजे हां जी लोग यूज करदे हैं जी हाले भी केड़ियां केड़ियां किस्मां होंदियां स्टोवां दियां जी ਸਟੋਵਾਂ ਦੀਆਂ ਦੋ ਕਿਸਮਾਂ ਹੁੰਦੀਆਂ ਜੀ ਇੱਕ ਤਾਂ ਰੈਗੂਲੇਟਰ ਵਾਲਾ ਹੁੰਦਾ ਘੱਟ ਵੱਧ ਕਰਨਾ ਤਾਂ ਵੀ ਇੱਕ ਵਾਰੀ ਹਵਾ ਭਰ ਲਓ ਉੱਥੇ ਤੇ ਔਨ ਆਫ ਕਰ ਲਓ ਪੰਪ ਮਾਰੋ ਠਕ 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 ਕਰ ਹਾਂ ਇੱਕ ਪੰਪ ਨਾਲ ਹੁੰਦਾ ਜੀ ਦੋ ਕਿਸਮਾਂ ਦੇ ਸਟੋਵ ਹੁੰਦੇ ਆ ਜੀ ਰਿਪੇਅਰ ਕਰਦੇ ਆ ਤੁਸੀਂ ਹਜੇ ਹਾਂ ਜੀ ਰਿਪੇਅਰ ਉਮਰ ਕਿੰਨੀ ਤੁਹਾਡੀ ਜੀ ਉਮਰ 78 ਸਾਲ ਦੀ ਹੋ ਗਈ 78 ਸਾਲ ਅਸੀਂ ਬੇਲੇ ਦੇ ਵਿੱਚ ਦੇਖਿਆ ਮੈਂ ਕਿ ਜਿਹੜੇ ਬਜ਼ੁਰਗ ਆ ਪੂਰੇ ਡਟੇ ਹੋਏ ਆ ਕਾਇਮ ਹੈ ਨਾਂ ਕੀ ਜੀ ਤੁਹਾਡਾ ਮੇਰਾ ਨਾਮ ਸਾਧੂ ਰਾਮ ਹੈ ਜੀ ਦੇਖੋ ਸਟੋਪਾਂ ਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਲੋਕਾਂ ਦੀਆਂ ਇੱਕ ਵਾਰੀ ਯਾਦ ਹੈ ਤੁਹਾਨੂੰ ਇੱਕ ਸਟੋਪਾਂ ਦੇ ਨਾਲ ਜੁੜ ਕੇ ਕੋਈ ਵਹਿਮ ਭਰਮ ਚੱਲ ਪਿਆ ਸੀਗਾ ਜੀ ਸਟੋਪ ਦੇਵਤਾ ਆ ਗਿਆ ਹਾਂਜੀ ਹੋਇਆ ਥਾ ਜੀ ਉਦੋਂ ਮੈਂ ਬੀਐਚਐਲ ਸੁੰਦਰ ਨਗਰ ਮੈਂ ਕੰਮ ਕਰਦਾ ਸੀ ਅੱਛਾ ਕੀ ਕੀ ਕਹਾਣੀ ਕੀ ਸੀਗੀ ਉਹ ਉਦਾਂ ਹੀ ਲੋਕਾਂ ਨੇ ਭਰਮ ਦੇ ਵਿੱਚ ਪਾ ਲਿਆ ਬਸ ਦੇਖੋ ਇੱਦਾਂ ਵੀ ਹੋ ਜਾਂਦਾ ਇੱਕ ਭਰਮ ਬਣ ਗਿਆ ਸੀ ਸਟੋਪ ਦੇਵਤਾ ਪਿੱਤਲ ਦੇ ਸਟੋਪ ਤੇ ਉਹ ਹਾਂ ਸਟੋਪ ਦੇਵਤਾ 17 ਰੁਪਏ ਦਾ ਪਿੱਤਲ ਦਾ ਸਟੋਪ ਆਂਦਾ ਤਾਂ ਡੱਬੇ 'ਚ ਪੈਕਿੰਗ ਆਂਦਾ ਤਾਂ ਉਹ ਤਾਂ ਮੈਂ ਹੁਣ ਪਿੱਛੇ ਜੇ ਵੇਚਿਆ ਉਹ ਮੇਰੇ ਕੋਲ ਹਾਲੇ ਵੀ ਪਿਆ ਤਾ ਅੱਛਾ 17 ਰੁਪਏ ਦਾ ਆਂਦਾ ਸੀ ਡੱਬੇ 'ਚ ਪੈਕਿੰਗ ਆਂਦਾ ਸੀ ਕਿਹੜੇ ਬ੍ਰਾਂਡ ਦਾ ਹੁੰਦਾ ਸੀਗਾ ਉਹ ਪ੍ਰਭਾਤ ਦਾ ਹੁੰਦਾ ਪ੍ਰਭਾਤ ਦਾ ਸਟੋਪ ਹੁੰਦਾ ਸੀ ਮੈਨੂੰ ਯਾਦ ਆ ਗਿਆ ਮੈਂ ਸੁੰਦਰ ਨਗਰ ਸੀਗਾ ਉਹਨਾਂ ਦਿਨਾਂ 'ਚ ਜਦ ਮੈਂ ਖਰੀਦਿਆ ਤਾ ਵੀ ਅੱਛਾ ਨਾਲ ਦੇਖੋ ਜੀ ਪੁਰਾਣੀਆਂ ਯਾਦਾਂ ਜਿਹੜੀਆਂ ਉਹਨਾਂ ਨੂੰ ਅਸੀਂ ਦੁਹਰਾ ਰਹੇ ਹਾਂ ਪੁਰਾਣੀਆਂ ਯਾਦਾਂ ਦੇ ਪੰਨਿਆਂ ਦੇ ਵਿੱਚ ਜਿਹੜਾ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਟੋਪ ਦੇਵਤਾ ਦੀ ਗੱਲ ਕਰ ਰਹੇ ਸੀ ਆਪਾਂ ਕਿ ਇੱਕ ਵਾਰੀ ਬਹੁਤ 80s ਦੀ ਗੱਲ ਹੈ 70s-80s ਦੀ ਗੱਲ ਇਹ ਬਹੁਤ ਇੱਕ ਪ੍ਰਚਾਰ ਹੋ ਗਿਆ ਕਿ ਸਟੋਪ ਦੇ ਵਿੱਚ ਦੇਵਤਾ ਪ੍ਰਗਟ ਹੋ ਗਿਆ ਜੀ ਹਾਂਜੀ ਡਾਕਟਰ ਸਾਹਿਬ ਇਹ ਬੜਾ ਚੱਲਿਆ ਸੀਗਾ ਜੀ ਬਹੁਤ ਜ਼ਿਆਦਾ ਹਾਂਜੀ ਉਹ ਕੀ ਕਹਾਣੀ ਦੱਸ ਦਿਓ ਕੀ ਸੀਗੀ ਕਹਾਣੀ ਹੈ ਤੇ ਵੀ ਪ੍ਰਾਤ ਮੁੰਦੇ ਮਾਰ ਦਿੰਦਾ ਤੇ ਸਟੋਪ ਧੋਕ ਉਹਦੇ ਪਰ ਰੱਖ ਦਿੰਦਾ ਤੇ ਉਹਨੂੰ ਐ 3 ਉਂਗਲਾਂ ਜਾਂ 4 ਉਂਗਲਾਂ ਲਾ ਦਿੰਦਾ ਤੇ ਜੈ ਹੋ ਸਟੋਪ ਦੇਵਤਾ ਕਰਦੇ ਤੇ ਫਿਰ ਸਟੋਪ ਆਪਣੇ ਆਪ ਹਿੱਲਣ ਲੱਗ ਜਾਂਦਾ ਤਾ ਪ੍ਰਾਤ ਦੇ ਉੱਪਰ ਉਹ ਫਿਰ ਟੈਕਨੀਕਲੀ ਕਾਰਨ ਤਾਂ ਕੋਈ ਹੈ ਨਹੀਂ ਸੀ ਕਾਰਨ ਤਾਂ ਕੋਈ ਨਹੀਂ ਥਾ ਲੋਕਾਂ ਨੇ ਮੰਨ ਲਿਆ ਲੋਕ ਸਾਡੇ ਜਿਹੜੇ ਬੜੇ ਘੈਂਟ ਲੋਕਾਂ ਨੇ ਮੰਨਿਆ ਪਰ ਮੈਂ ਨਹੀਂ ਮੰਨਿਆ ਲੋਕਾਂ ਨੇ ਮੰਨਿਆ ਪਰ ਤੁਸੀਂ ਨਹੀਂ ਮੰਨਿਆ ਮੈਂ ਨਹੀਂ ਮੰਨਿਆ ਤਾਂ ਕਮਾਲ ਹੈ ਦੇਖੋ ਜੀ ਸਟੋਪ ਦੇਵਤਾ ਵਾਲੀ ਜਿਹੜੀ ਗੱਲ ਹੈ ਇਹ ਕਹਿ ਰਹੇ ਕਿ ਲੋਕਾਂ ਨੇ ਮੰਨਿਆ ਪਰ ਮੈਂ ਨਹੀਂ ਮੰਨਿਆ ਮੈਂ ਦੇਖਿਆ ਜ਼ਰੂਰ ਹੈ ਸਾਰਾ ਕੁਛ
पर मैं नहीं मनिया था। आही गल्लां करदे जी असीं, साडा चैनल है दुनिया देख रही थानू जी, और ये ब्लॉग दे राही जड़ा है बहुत यादां ताजियां होणगियां। स्टोव जिसने जदों कदी स्टोव खरीदिया होवे, इन्हां ने 17 रुपए का दस्सिया है प्रभात का स्टोव, और इस तरह के स्टोव जिहड़े तुसीं खरीदे होणगे या स्टोव नाल जुड़ियां होईयां यादां या स्टोव नूं चलांदे किद्दां सी, कॉमेंट करके दसना तुसीं स्टोव नूं चलांदे किद्दां हुंदे सीगे, किस तरीके नाल चलांदे सी। शुक्रिया जी, मेहरबानी जी, चलिए जी अगे। रोपड़ च घड़ियां वाले दियां दुकानां दे नां दस दो, बंदे दे नां दस दो, घड़ियां वाले। साडे टाइम दा सोमनाथ सब तो मशहूर बेले दा सी, बेले दा सी, रोपड़ दुकान सी, सादी राम ਉਹਦਾ ਲੜਕਾ ਕਰਦਾ ਸੀ। ਅੱਛਾ ਜੀ। ਉਹ ਵੀ ਬੇਲੇ ਦਾ ਸੀ। ਇੱਕ ਹਰੀ ਸਿੰਘ ਘੜੀ ਵਾਲੇ, ਹਰੀ ਸਿੰਘ ਘੜੀ ਵਾਲੇ ਉਹ ਪਪਰਾਲੇ ਦੇ। ਹਾਂ ਹੈਗੇ ਜੀ, ਉਹ ਹੈਗੇ ਜੀ, ਹੈਗੇ ਆ ਉਹ, ਉਹ ਹੋ ਗਏ ਇਸ ਸਮੇਂ 97 ਸਾਲ ਦੇ, ਤੁਰਦੇ ਫਿਰਦੇ ਆ ਔਰ ਬਾਜ਼ਾਰੋਂ ਦਹੀਂ ਲੈ ਕੇ ਆਉਂਦੇ ਦੁਪਹਿਰੇ। ਉਹਦਾ ਲੜਕਾ ਵੀ ਕੰਮ ਕਰਦਾ ਤੂੰ ਇਹਦੇ ਨਾਲ? ਹਾਂ, ਹੁਣ ਤਾਂ ਉਹ ਛੱਡ ਗਏ ਦੁਕਾਨ। ਅੱਛਾ ਜੀ, ਹੁਣ ਛੱਡ ਗਏ ਦੁਕਾਨਾਂ। ਕੀ ਕਹਿੰਦੇ ਹੋ, ਘੜੀਆਂ ਕੁੜੀਆਂ ਦਾ ਦੌਰ ਬਦਲਿਆ? ਘੜੀਆਂ ਦਾ ਕੰਮ ਹੀ ਖਤਮ ਹੋ ਗਿਆ। ਕੰਮ ਖਤਮ ਹੋ ਗਿਆ, ਹਾਂ ਜੀ। ਹੁਣ ਟਾਈਮ ਹੈ ਨਹੀਂ ਲੋਕਾਂ ਕੋਲ, ਆਪੇ ਘੜੀ ਖਤਮ ਹੋ ਗਈ। ਹਾਂ, ਚੀਜ਼ ਇਹ ਹੈ ਵੀ ਘੜੀਆਂ ਦਾ ਕੰਮ ਕਰਿਆ ਸੋਮਨਾਥ ਸਭ ਤੋਂ ਮਸ਼ਹੂਰ ਸੀ ਇਲਾਕੇ ਦੇ ਵਿੱਚ। ਜਿਹੜੀ ਘੜੀ ਨਹੀਂ ਵੀ ਬਣਦੀ ਸੀ ਸੋਮੇ ਕੋਲ ਲੈ ਜਾਓ, ਜਿਹੜੀ ਘੜੀ ਨਹੀਂ ਵੀ ਬਣਦੀ ਸੋਮੇ ਕੋਲ। ਦੁਕਾਨ ਕਿੱਥੇ ਕਰਦੇ ਸੀਗੇ? ਦੁਕਾਨ ਕਰਦੇ ਸੀ ਉੱਥੇ ਪਪਰਾਲੇ ਵਾਲੇ, ਹੈ ਨਹੀਂ ਆਪਣੇ ਲੱਸੀ ਵਾਲੇ, ਕਿਆ ਉਹਦਾ ਨਾਂ, ਨਿਰੰਜਨ, ਨਿਰੰਜਨ ਦੇ। ਹਾਂਜੀ ਹਾਂਜੀ, ਉਹਦੇ ਸਾਹਮਣੇ ਤੀ ਛੋਟੀ ਜਿਹੀ ਦੁਕਾਨ ਤੀ ਉਹਨਾਂ ਦੀ, ਉਹਦੇ ਲੜਕੀਆਂ ਹੀ ਤੀਆਂ ਦੋ ਤਿੰਨ, ਲੜਕਾ ਕੋਈ ਨਹੀਂ। ਦੇਖੋ ਜੀ, ਰੋਪੜ ਤੇ ਬੇਲੇ ਦਾ ਕਨੈਕਸ਼ਨ ਅਸੀਂ ਬਣਾ ਲਿਆ, ਇਹਨਾਂ ਨੂੰ ਪੂਰੀ ਰੋਪੜ ਦੀ ਜਾਣਕਾਰੀ। 13 ਕਿਲੋਮੀਟਰ ਤਾਂ ਹੈ ਸਾਰਾ ਰੋਪੜ ਬੇਲਾ, ਮਰਜ਼ੀ ਪੁੱਛੋ ਤੁਸੀਂ। ਅੱਛਾ, ਹੁਣ ਇੱਕ ਗੱਲ ਪੁੱਛਦੇ ਆ, ਰੋਪੜ ਤੋਂ ਜੇ ਬੇਲੇ ਤੋਂ ਅਸੀਂ ਰੋਪੜ ਜਾਣਾ, ਰਸਤੇ 'ਚ ਨਦੀਆਂ ਕਿੰਨੀਆਂ ਆਉਂਦੀਆਂ? ਦੋ ਨਦੀਆਂ ਆਉਂਦੀਆਂ। ਸਹੀ ਜੀ, ਸਹੀ, ਬਿਲਕੁਲ ਬਿਲਕੁਲ। ਇੱਕ ਸਿਸਮਾ ਨਦੀ ਹੈ ਤੇ ਇੱਕ ਉਹ ਪਰਲੀ ਆਪਣੀ ਬੁੱਧ ਕੀ ਨਦੀ ਆਉਂਦੀ ਹੈ। ਅੱਛਾ, ਬੇਲੇ ਵਾਲੇ ਸਰਾਫ ਜਿਹੜੇ ਹੈ ਰੋਪੜ 'ਚ, ਬੇਲੇ ਵਾਲੀ ਸਰਾਫ ਨਾਸ ਅਮਰਨਾਥ ਸੁਨਿਆਰ ਬੇਲੇ ਦੇ ਆ ਖਾਸ, ਅੱਧਾ ਬੇਲਾ ਸਾਡਾ ਰੋਪੜ 'ਚ ਬੈਠਾ, ਅੱਧਾ ਬੇਲਾ ਤੁਹਾਡਾ ਹਾਂ ਰੋਪੜ 'ਚ ਬੈਠਾ। ਜਦਕਿ ਰੋਪੜ ਦਾ ਨਾਂ ਨਕਸ਼ੇ 'ਚ ਥਾ ਨਹੀਂ, ਪੰਜਾਬ ਦੇ ਨਕਸ਼ੇ 'ਚ ਬੇਲੇ ਦਾ ਨਾਂ ਸੀ। ਅੱਛਾ, ਐਡਾ ਵੱਡਾ ਹੋ ਲਿਆ ਹੈ ਬੇਲੇ ਦੇ ਵਿੱਚ, ਕਹਿਣ ਦਾ ਮਤਲਬ ਐਡਾ ਐਡਾ ਵੱਡਾ ਮੰਡੀ ਹੋ ਲਈ ਹੈ ਪੂਰੀ ਹੈ। ਅਸੀਂ ਸੰਨ 60-62 ਦੇ ਵਿੱਚ ਵੀ ਪੰਜਾਬ ਦੇ ਨਕਸ਼ੇ 'ਚ ਅੰਬਾਲਾ ਜ਼ਿਲ੍ਹਾ ਸੀ, ਉਸ ਟਾਈਮ ਵੀ ਬੇਲੇ ਦਾ ਨਾਂ ਸੀ ਉਹਦੇ ਨਕਸ਼ੇ 'ਚ, ਨਾ ਕਿ ਰੋਪੜ ਦਾ ਨਾਂ ਸੀ। ਅੰਬਾਲਾ ਜ਼ਿਲ੍ਹਾ ਹੁੰਦਾ ਸੀ, ਨਰਾਇਣਗੜ੍ਹ ਤਹਿਸੀਲ ਇਹ ਤਹਿਸੀਲ ਹੁੰਦੀ ਸੀ। ਅੱਛਾ ਜੀ, ਇਹ ਜਿੱਥੇ ਹੁਣ ਆਪਣਾ ਸਬਜ਼ੀ ਮੰਡੀ ਕਈ ਹਸਪਤਾਲ ਦੇ ਪਿੱਛੇ, ਉੱਥੇ ਹੀ ਹੁੰਦੀ ਸੀ ਤਹਿਸੀਲ, ਉੱਥੇ ਤਹਿਸੀਲ। ਇਹ ਤਾਂ ਹੁਣ ਬਣਿਆ ਸੈਕਟਰੀਏਟ। ਤੁਹਾਡਾ ਜਨਮ ਕਿਹੜੇ ਸੰਨ ਦਾ? 47 ਦਾ। 47 ਦਾ, ਹਾਂ, ਫੋਟੋ ਨੇੜੇ ਨੇੜੇ ਦਾ ਪਹੁੰਚ ਕੇ ਤੁਸੀਂ ਕੁਛ ਨਾ ਕੁਛ ਹੋਣੀ ਹੈ, ਬਜ਼ੁਰਗਾਂ ਬਜ਼ਾਰਗਾਂ ਨੇ ਦੱਸਿਆ ਹੋਣਾ ਬੇਲੇ ਦੇ ਬਾਰੇ? ਹਾਂ, ਨਾ ਸਾਰਾ ਕੁਝ ਦੱਸਿਆ ਵਾ ਬਜ਼ੁਰਗਾਂ ਨੇ। ਹਾਂਜੀ, ਸਮਝੇ। ਮੁਸਲਮਾਨ ਭਾਈਚਾਰਾ ਰਹਿੰਦਾ ਸੀ ਇੱਥੇ? ਮੁਸਲਮਾਨ ਅੱਧੀ ਆਬਾਦੀ ਸੀ। ਅੱਧੀ ਆਬਾਦੀ ਮੁਸਲਮਾਨ ਭਾਈਚਾਰੇ? ਹਾਂ, 50% ਮੁਸਲਮਾਨ ਸੀ ਸਾਡੇ ਬੇਲੇ। ਸਾਰੇ ਚਲੇ ਗਏ? ਚਲੇ ਗਏ ਨਹੀਂ, ਭੇਜੇ ਗਏ ਆ। ਭੇਜੇ ਗਏ? ਅੱਛਾ, ਚਲੇ ਨਹੀਂ ਗਏ। ਹਾਂ, ਜਾਣੀ ਇੱਥੋਂ ਭੇਜੇ ਗਏ ਆ, ਉਧਰੋਂ ਸਾਨੂੰ ਭੇਜਦਾ ਉਹਨਾਂ ਨੇ। ਹਾਂ, ਇਹ ਬੜੇ ਗੁਜਰਾਂ ਵਾਲੇ ਤੋਂ ਢੰਗ ਨਾਲ ਕੱਢਿਆ। ਕਹਿਣ ਦਾ ਮਤਲਬ ਹੈ ਵੀ ਇੱਥੇ ਮੁਕਾਬਲਾ ਹੋਇਆ ਸਰਾਣੇ, ਸਿਰਫ ਜਿਹੜਾ ਸਰਾਣਾ ਹੈ ਇੱਥੇ ਮੋਰਚਾ ਲੱਗਿਆ ਮੁਸਲਮਾਨਾਂ ਦਾ, ਮਸੀਤ ਹੈਗੀ ਉੱਥੇ, ਹੁਣ ਵੀ ਯਾਦਦਾਸ਼ਤ ਹੈਗੀ ਹੈ। ਉਹਨਾਂ ਨੇ ਉੱਥੇ ਮੁਕਾਬਲਾ ਕਰਿਆ। ਬੇਲੇ ਤਾਂ ਇੱਥੋਂ ਇਹ ਇਹਨਾਂ ਨੂੰ ਲਾਰਾ ਲਾ ਕੇ ਲੈ ਗਏ ਵੀ ਤੁਹਾਡੀ ਮੀਟਿੰਗ ਕਰਨੀ ਹੈ। ਜਿਸ ਟਾਈਮ 47 ਦੇ ਵਿੱਚ ਉੱਥੋਂ ਮੀਟਿੰਗ ਕਰਨ ਦੇ ਬਹਾਨੇ ਬਜ਼ੁਰਗ ਦੱਸਦੇ ਹਾਂ ਵੀ ਉੱਥੋਂ ਲੈ ਗਏ ਹਾਂ, ਕੋਈ ਉਹਨਾਂ ਨੇ ਵਾਪਸ ਨਹੀਂ ਆਉਣ ਦਿੱਤਾ, ਗੱਡੀ ਚੜਾ ਤੇ ਪਾਕਿਸਤਾਨ ਸਾਰੀ। ਚਲੋ ਜੀ, ਹੁਣ ਇਹ ਦੱਸੋ ਵੀ ਹੁਣ ਤਾਂ ਭਾਈਚਾਰਾ ਕਾਇਮ ਹੈ? ਹਾਂ, ਭਾਈ ਹੁਣ ਤਾਂ ਹੋਣਾ ਚਾਹੀਦਾ ਭਾਈਚਾਰਾ ਕਾਇਮ। ਹੁਣ ਕੋਈ ਠੰਡ ਹੋ ਗਈ ਹੁਣ? ਨਹੀਂ, ਜਦ ਵੀ ਭਾਈਚਾਰਾ ਤਾਂ ਸਾਡਾ ਭਾਈਚਾਰਾ, ਸਾਡਾ ਬਿਹਾਰੇ ਮੁਸਲਮਾਨਾਂ ਨਾਲ ਤਾਂ ਆਏ ਹੈ। ਦੇਖੋ, ਨਹੀਂ, ਉਸ ਟਾਈਮ ਮੁਸਲਮਾਨ ਬਿਲਕੁਲ ਮਾਨ ਦੇ ਪੱਕੇ ਦੇ, ਇਹੀ ਜੀ ਕੋਈ ਗੱਲ ਨਹੀਂ ਸੀ ਕਿ ਮੇਰੇ ਤੋਂ ਕੋਈ ਪੈਸਾ ਕਿਸੇ ਦਾ ਮਾਰਨਾ ਕੋਈ ਹੋਇਆ, ਇਮਾਨਦਾਰੀ ਦੀ ਉਸ ਟਾਈਮ ਨੇ ਵੀ, ਉਸ ਟਾਈਮ 'ਚ ਵੀ ਇਮਾਨਦਾਰੀ ਸੀਗੀ, ਹੱਥੋਂ ਲੈ ਗਏ ਤੇ ਹੱਥੋਂ ਆ ਕੇ ਕਰ ਦੇ ਜਾਣਾ, ਆਪਸ ਪੂਰਾ ਪਿਆਰ ਸੀਗਾ, ਪੂਰਾ ਪਿਆਰ ਸੀ। ਇਹ ਤਾਂ ਪੋਲਿਟਿਕਸ ਹੈ ਜੀ ਸਾਰੀ, ਇਹ ਪੋਲਿਟਿਕਸ ਹੈ, ਕੋਈ ਪਹਿਲਾਂ ਅਸਲ ਗੱਲ ਜਿਹੜੀ ਮੈਂ ਤਾਂ ਗੱਲ ਕਰਦਾ ਪਿਆਰ ਮੁਹੱਬਤ ਦੀ, ਇਹ ਜਿਹੜੇ ਹੁਣ ਗੱਲ, ਹਾਂ, ਜਿਹੜੇ ਹੁਣ ਵੀ ਹੈ ਇਸ ਟਾਈਮ, ਦੇਖੋ ਸਾਡੇ ਇੱਥੇ ਰਹਿੰਦੇ ਜਿੰਨੇ ਵੀ ਆਪਣੇ ਦਰਜੀ ਟੇਲਰ ਆ, ਹੋਰ ਆ, ਸਾਡੇ ਮੁਸਲਮਾਨ ਭਾਈਓ ਕੰਮ ਕਰਦੇ, ਸਾਡਾ ਤਾਂ ਲੋਕਲ ਛੱਡ ਗਏ। ਇੱਕ ਵਾਰੀ ਦੁਬਾਰਾ ਨਾਂ ਦੱਸੋ ਜੀ ਆਪਣਾ। ਮੇਰਾ ਨਾਂ ਦਰਸ਼ਨ ਲਾਲ ਹੈ ਜੀ, ਤੁਸੀਂ ਰੋਪੜ ਜਿਹਨੂੰ ਮਰਜ਼ੀ ਪੁੱਛ ਲਿਓ। ਦਰਸ਼ਨ ਲਾਲ ਕਹਿੰਦੇ ਰੋਪੜ 'ਚ ਜਿਹਨੂੰ ਮਰਜ਼ੀ ਪੁੱਛ ਲਿਓ, ਬੇਲੇ ਦਾ ਪੂਰਾ ਇਤਿਹਾਸ ਇਹਨਾਂ ਨੇ ਦੱਸਤਾ। ਦੇਖੋ ਜੀ, ਇਸ ਸਮੇਂ ਵਲੌਗ ਕਰਦੇ ਕਰਦੇ ਜਿਹੜਾ ਸ਼ਾਮ ਹੋ ਚੁੱਕੀ ਹੈ, ਥੋੜ੍ਹਾ ਜਿਹਾ ਈਵਨਿੰਗ ਦਾ ਟਾਈਮ ਹੈ,
ਪੁਰਾਣਾ ਬਾਜ਼ਾਰ ਅਸੀਂ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ। ਡਾਕਟਰ ਸਾਹਿਬ ਪੁਰਾਣੇ ਬਾਜ਼ਾਰ 'ਚ ਲੈ ਕੇ ਜਾਓ ਜਿਹੜਾ 40। ਆਹ ਦੇਖੋ ਸਰਹੰਦੀ, ਡਾਕਟਰ ਸਾਹਿਬ ਨੇ ਲਾਈਟ ਮਾਰ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਢੱਠ ਰਹੀਆਂ ਕੰਧਾਂ ਜੀ, ਲੇਕਿਨ ਇਹ ਨਿਸ਼ਾਨ ਜਿਹੜੇ ਹੈ ਪੁਰਾਣੇ ਬਾਜ਼ਾਰ ਦੇ, ਬੇਲੇ ਦੇ ਪੁਰਾਣਾ ਬਾਜ਼ਾਰ ਅਸੀਂ ਦਿਖਾ ਰਹੇ ਹਾਂ। ਇੱਥੇ ਪੁਰਾਣੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਜੀ। ਲਓ ਜੀ, ਇੱਥੇ ਪੁਰਾਣਾ ਜਿਹੜਾ ਹੈ ਡਾਕਖਾਨਾ ਵੀ ਹੁੰਦਾ ਸੀਗਾ, ਅਤੇ ਪੂਰਾ ਕੈਮਰਾ ਪਾ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੇਲੇ ਦੀ ਪੁਰਾਣੀ ਦੁਕਾਨ, ਇੱਕ ਪੁਰਾਣੀ ਯਾਦ, ਪਤਾ ਨਹੀਂ ਕਿਹੜੇ ਸਮੇਂ ਕਿਸਨੇ ਬਣਾਈ ਹੋਣੀ ਜੀ ਇਹ। ਹੈ ਲੱਕੜ ਦੇਖੋ ਅਜੇ ਵੀ ਨਾ ਘੁਣ, ਉਦਾਂ ਹੀ ਪਈ ਹੈ ਦੇਖੋ, ਲੱਕੜ ਮਜ਼ਬੂਤ ਅਜੇ ਵੀ ਉਸੇ ਤਰ੍ਹਾਂ ਪਈ ਹੈ। ਆਹ ਲੱਕੜਾਂ ਬੜੀਆਂ ਸੋਹਣੀਆਂ, ਜਿਵੇਂ 5-7 ਸਾਲ 10 ਸਾਲ ਪੁਰਾਣੀਆਂ ਹੁੰਦੀਆਂ, ਇਸ ਤਰ੍ਹਾਂ ਪਈਆਂ ਜੀ। ਅਤੇ ਆਹ ਸਰਹੰਦੀ ਇੱਟ ਦੇਖੋ, ਚੂਨੇ ਦਾ ਨਾਲ ਦੀ ਚਣਾਈ ਹੋਈ ਹੋਈ ਹੈ ਜੀ, ਪਰ ਹੁਣ ਇਹਦਾ ਮਾਲਕ ਪਤਾ ਨਹੀਂ ਕੌਣ ਹੈ। ਆਹ ਦੇਖੋ ਇੱਧਰਲੇ ਪਾਸੇ ਢੱਠ ਰਹੀ ਹੈ, ਇੱਧਰ ਆ ਜਾਓ ਅੱਗੇ ਹੋਰ। ਆਹ ਦੇਖੋ ਜਰਾ, ਆਹ ਪੌੜੀ ਚੜ੍ਹਦੀ ਸੀ, ਬੜੀ ਸ਼ਾਨਦਾਰ ਬਿਲਡਿੰਗ ਹੋਇਆ ਕਰਦੀ ਸੀ, 2-3 ਮੰਜ਼ਲੀ ਇੱਥੇ। ਤੁਸੀਂ ਤਾਂ ਇਹਨੂੰ ਪੂਰੀ ਜੌਬਨ 'ਚ ਵੀ ਦੇਖਿਆ? ਹਾਂ ਬਿਲਕੁਲ, ਮੈਂ ਜਦੋਂ +1 ਬੇਲੇ ਕਾਲਜ ਵਿੱਚ ਕੀਤੀ ਹੈ ਜੀ, ਉਦੋਂ ਇੱਥੇ ਡਾਕਖਾਨਾ ਹੁੰਦਾ ਸੀ ਅਤੇ ਕੁਛ ਦੁਕਾਨਾਂ ਹੁੰਦੀਆਂ ਸੀ, ਅਤੇ ਇੱਥੇ ਡਾਕਘਰ ਦੇ ਵਿੱਚ ਮਾੜਾ ਮੋਟਾ ਕੰਮ ਕਰਕੇ ਦੇ ਆਉਂਦੇ ਰਹਿੰਦੇ ਸੀ ਘੁੰਮਦੇ। ਇਹ ਪੁਰਾਤਨ ਗੁੜ ਮੰਡੀ ਦਾ ਬਾਜ਼ਾਰ ਹੁੰਦਾ ਸੀ, ਹੁਣ ਤਾਂ ਸਾਰੇ ਵਾਸੂ ਹੋ ਗਿਆ ਇਹ ਸਾਰਾ। ਇਹ ਗੁੜ ਮੰਡੀ ਹੁੰਦੀ ਸੀ, ਇਹ ਗੁੜ ਮੰਡੀ, ਹਾਂ ਦੋਨੋਂ ਪਾਸੇ ਨੂੰ, ਇੱਧਰ ਨੂੰ ਇਹ ਚਾਰੇ ਪਾਸੇ ਨੂੰ ਬਾਜ਼ਾਰ ਹੁੰਦਾ ਸੀ ਇੱਥੇ। ਆਹ ਚੁਰਸਤਾ ਹੈ ਪੂਰਾ, ਇਹ ਚੁਰਸਤਾ ਹੈ ਬੇਲੇ ਦਾ ਜਿਹੜਾ, ਇਹ ਚੁਰਸਤਾ ਜੀ ਇਹ ਕਾਂਦਾ ਕ੍ਰਿਸ਼ਨ ਦੀ ਕਹਿੰਦੇ ਆ ਬੱਚੇ, ਕ੍ਰਿਸ਼ਨ ਦੀ, ਕ੍ਰਿਸ਼ਨ ਦੀ ਹੱਟੀ ਹੈ, ਹਾਂ ਕ੍ਰਿਸ਼ਨ ਦੀ ਦੁਕਾਨ, ਕਮਾਲ ਕੈਮਰਾ ਪਾਓ ਜੀ, ਕ੍ਰਿਸ਼ਨ ਲਾਲ ਦੀ ਹੱਟੀ ਤੇ ਕੈਮਰਾ ਪਾਓ। ਇਹ ਪੁਰਾਣੀ ਦੁਕਾਨ ਹੈ ਜੀ, ਇਹਨਾਂ ਦੇ ਬੇਟੇ ਹੈ ਜੀ, ਔਰ ਉਹ ਆਪ ਗਏ ਹੋਏ ਹੈ। ਆਹ ਦੇਖੋ ਦੁਕਾਨ, ਕਰੋ ਯਾਦਾਂ ਤਾਜ਼ੀਆਂ, ਸਭ ਤੋਂ ਪੁਰਾਣੀ ਦੁਕਾਨ ਹੈਗੀ ਬੇਲੇ ਦੀ ਜੀ। ਡਾਕਟਰ ਸਾਹਿਬ ਹੁਣ ਇਸ ਵਲੌਗ ਦਾ ਦੇਖੋ, ਸਮੇਂ ਦੇ ਮੁਤਾਬਿਕ ਹੁਣ ਲੈਂਥ ਹੁੰਦੀ ਹੈ ਜੀ, ਕਾਫੀ ਕੁਛ ਰਹਿ ਗਿਆ ਇਸ ਵਲੌਗ 'ਚ, ਕੀ ਕੁਛ ਰਹਿ ਗਿਆ ਜਿਹੜਾ ਅਸੀਂ ਕਵਰ ਨਹੀਂ ਕਰ ਸਕੇ? ਸਭ ਤੋਂ ਪੁਰਾਤਨ ਤਾਂ ਹੈ ਕਿ ਜਿਹੜਾ ਇਹ ਪਿੰਡ ਵਸਿਆ ਹੋਇਆ ਜੀ, ਔਰ ਜਿਨ੍ਹਾਂ ਨੇ ਵਸਾਇਆ ਹੋਇਆ ਬਾਬਾ ਹਰਦਿਆਲ ਸਿੰਘ ਜੀ ਜੀ, ਉਹਨਾਂ ਦਾ ਅਸਥਾਨ ਬਣਿਆ ਹੋਇਆ, ਸਮਾਧਾਂ ਬਣੀਆਂ ਹੋਈਆਂ ਉਹਨਾਂ ਦੇ ਨਾਂ 'ਤੇ ਜੀ। ਉਹ ਦੂਸਰਾ ਸਾਡੇ ਇੱਥੇ ਜਿਹੜਾ ਸ਼ਿਵ ਮੰਦਰ, ਪੁਰਾਤਨ ਸ਼ਿਵ ਮੰਦਰ ਬੇਲਾ ਜੀ, ਔਰ ਨਾਲ ਹੀ ਗੁਰਦੁਆਰਾ ਸਿੰਘ ਸਭਾ, ਉਹ ਜਿਹੜੇ ਦੋਵੇਂ ਸੰਸਥਾਵਾਂ ਬਿਲਕੁਲ, ਹਾਂ ਇੱਕ ਦੂਸਰੇ ਦੇ ਨਾਲ ਕੰਧ ਸਾਂਝੀ ਆ, ਉਹ ਦਿਖਾਵਾਂਗੇ ਜੀ ਅਸੀਂ। ਔਰ ਦੂਸਰਾ ਹੈ ਵਿੱਦਿਆ ਦਾ ਮੰਦਰ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਜਿਹਦੇ 'ਤੇ ਇਲਾਕੇ ਨੂੰ ਔਰ ਪਿੰਡ ਬੇਲਾ ਨੂੰ ਵੀ ਬੜਾ ਮਾਣ ਹੈ, ਫਕਰ ਹੈ। ਉੱਥੇ ਅੱਜ ਕੱਲ੍ਹ ਜਿਵੇਂ ਬੀ ਫਰਮਾ, ਪੀ ਐੱਚ ਡੀ, ਬੀ ਏ, ਬੜੀਆਂ ਡਿਗਰੀਆਂ, ਮਤਲਬ ਉੱਥੇ ਮੈਨੂੰ ਵੀ ਖੁਦ ਨੂੰ ਯਾਦ ਨਹੀਂ ਇੰਨੀਆਂ ਡਿਗਰੀਆਂ, ਇੰਨੇ ਕੋਰਸਿਸ ਉੱਥੇ ਕਰਵਾਏ ਜਾਂਦੇ। ਉਹ ਬੜੀ ਸਾਡੀ ਇਲਾਕੇ ਦੀ ਬਹੁਤ ਮਾਣਮੱਤੀ ਸੰਸਥਾ ਹੈ, ਉਹ ਹੈਗੀ ਆ। ਔਰ ਪੁਰਾਤਨ ਮਸੀਤ ਜੀ, ਪੁਰਾਤਨ ਹੀ ਆ, ਉਹ ਨਵੀਂ ਨਹੀਂ ਬਣਾਈ, ਮੋਡੀਫਾਈ ਨਹੀਂ ਕੀਤੀ, ਪੁਰਾਣੀ ਬਿਲਡਿੰਗ, ਪੁਰਾਣੀ, ਹਾਂ ਪੁਰਾਣੀ ਬਿਲਡਿੰਗ ਨੂੰ, ਬੇਲੇ ਸ਼ਹਿਰ ਦੇ ਅੰਦਰ ਹੀ ਹੈ, ਬਿਲਕੁਲ ਬੇਲੇ ਦੇ ਵਿੱਚ ਹੈ ਜੀ, ਉਹ ਹੈਗੀ ਆ ਜੀ। ਦੇਖੋ ਜੀ, ਇਹ ਜਿਹੜੀਆਂ ਚੀਜ਼ਾਂ ਰਹਿ ਗਈਆਂ, ਬੇਲਾ ਕਾਲਜ ਬੜਾ ਮਸ਼ਹੂਰ ਹੈ। ਹਾਂ ਬੇਲੇ ਕਾਲਜ ਦੇ ਵਿਦਿਆਰਥੀ ਸਾਡਾ ਨਾਰਾਜ਼ ਹੋਣਗੇ ਜੀ, ਕਾਲਜ ਨਹੀਂ ਦਿਖਾਇਆ, ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ। ਅਸੀਂ ਫਿਰ ਮਿਲਾਂਗੇ ਤੁਹਾਨੂੰ, ਬੇਲਾ ਕਾਲਜ ਵੀ ਦਿਖਾਵਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਰਹਿ ਗਈਆਂ। ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸੋ ਕਿ ਕੀ ਕੁਝ ਰਹਿ ਗਿਆ, ਕੀ ਕੁਝ ਅਸੀਂ ਕਵਰ ਕਰ ਸਕਦੇ, ਕਿਹਨਾਂ ਲੋਕਾਂ ਨੂੰ ਅਸੀਂ ਮਿਲ ਸਕਦੇ ਹਾਂ, ਕਿਹੜੀਆਂ ਸ਼ਖਸੀਅਤਾਂ ਨੂੰ ਅਸੀਂ ਮਿਲ ਸਕਦੇ ਹਾਂ, ਤਾਂ ਜੋ ਜਿਹੜਾ ਹੈ ਬੇਲੇ ਦੀ ਵਲੌਗਿੰਗ ਜਿਹੜੀ ਹੈ ਸਹੀ ਤਰੀਕੇ ਨਾਲ ਨਿਪਰੇ ਚੜ੍ਹ ਸਕੇ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਜੀ ਹਾਂ, ਤੁਹਾਡਾ ਧੰਨਵਾਦ ਮਹਾਰਾਜ ਜੀ। ਇੰਨੀ ਗਰਮੀ ਤੁਸੀਂ ਸਮਾਂ ਕੱਢਿਆ ਅਤੇ ਸਾਡੇ ਪਿੰਡ ਬੇਲਾ ਨੂੰ ਸਮਾਂ ਥਾਂ ਦਿੱਤੀ, ਔਰ ਇਹਦੀ ਜਿਹੜੀ ਸੱਭਿਅਤਾ ਹੈ, ਇੱਥੇ ਦਾ ਸੱਭਿਆਚਾਰ ਹੈ, ਜਿਹੜੀ ਹੋਂਦ ਹੈ ਪਿੰਡ ਦੀ, ਉਹ ਤੁਸੀਂ ਬਹੁਤ ਲੱਖਾਂ ਲੋਕਾਂ ਤੱਕ, ਵਿਦੇਸ਼ਾਂ ਤੱਕ ਲੈ ਕੇ ਗਏ। ਤੁਹਾਡਾ ਧੰਨਵਾਦ, ਤੁਹਾਡੇ ਬਲੌਗ ਦਾ ਧੰਨਵਾਦ। ਸ਼ੁਕਰੀਆ ਜੀ, ਇੱਕ ਵਾਰੀ ਛੋਟੀ ਜਿਹੀ ਸਿਫਾਰਿਸ਼ ਲੈਣੀ ਜੀ ਤੁਹਾਡੇ ਤੋਂ, ਬੇਲੇ ਵਾਲਿਆਂ ਲਈ ਖਾਸ ਤੌਰ 'ਤੇ, ਜਿਹੜੇ ਬੇਲੇ ਨਾਲ ਜੁੜੇ ਨੇ, ਕਿ ਬਲੌਗ ਨੂੰ ਦੇਖਣ ਅਤੇ ਸ਼ੇਅਰ ਕਰਨ ਜੀ। ਲਓ ਵੀ ਬੇਲੇ ਵਾਲੇ ਮਿੱਤਰੋ, ਹੁਣ ਵਾਰੀ ਤੁਹਾਡੀ ਆ, ਚੋਪੜਾ ਸਾਹਿਬ ਨੇ ਆਪਣਾ ਫਰਜ਼ ਨਿਭਾ ਦਿੱਤਾ ਸਾਡੇ ਬੇਲੇ ਦੇ, ਇਸ ਗਰਮੀ ਦੇ ਵਿੱਚ ਆ ਕੇ ਸਾਡੇ ਜਿਹੜੇ ਪੁਰਾਤਨ ਦੁਕਾਨਦਾਰ, ਬਜ਼ੁਰਗ ਦੁਕਾਨਦਾਰ ਅੱਜ ਵੀ ਦੁਕਾਨਾਂ ਕਰਦੇ ਨੇ, ਉਹਨਾਂ ਨੂੰ ਸਾਰਿਆਂ ਤੁਹਾਡੇ ਰੂਬਰੂ ਕੀਤਾ। ਹੁਣ ਆਪਣਾ ਫਰਜ਼ ਬਣਦਾ, ਆਪਾਂ ਸ਼ੇਅਰ ਕਰੀਏ, ਕਮੈਂਟ ਕਰੀਏ, ਤਾਂ ਕਿ ਚੋਪੜਾ ਸਾਹਿਬ ਜਿਹੜਾ ਅਗਲਾ ਵਲੌਗ ਬਣਾਉਣ, ਹੋਰ ਵੀ ਵਧੀਆ ਤਰੀਕੇ ਦੇ ਨਾਲ ਬਣਾਉਣ। ਸ਼ੁਕਰੀਆ, ਪਿਆਰ ਬਣਾ ਕੇ ਰੱਖਿਓ, ਸਤਿਕਾਰ ਬਣਾ ਕੇ ਰੱਖਿਓ, ਮੁਹੱਬਤ ਬਣਾ ਕੇ ਰੱਖਿਓ। ਧੰਨਵਾਦ, ਧੰਨਵਾਦ।